ਸਪਾਹੀ ਜੂਨੀਅਰ ਜਿੰਦਾਬਾਦ, ਸਪਾਹੀ ਜੂਨੀਅਰ ਜਿੰਦਾਬਾਦ, ਸਪਾਹੀ ਜੂਨੀਅਰ ਜਿੰਦਾਬਾਦ, ਸਪਾਹੀ ਜੂਨੀਅਰ ਜਿੰਦਾਬਾਦ। ਟਾਲਾ ਦੇ ਨਗਰ ਨਿਗਮ ਵੱਲੋਂ ਜੁਲਾਈ ਮਹੀਨੇ ਵਿੱਚ 300 ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ DC ਰੇਟ ਤੇ ਕੀਤਾ ਗਿਆ ਸੀ ਅਤੇ ਭਰਤੀ ਹੁਣ ਵਿਵਾਦਾਂ ਵਿੱਚ ਨਜ਼ਰ ਆ ਰਹੀ ਹੈ। ਨਗਰ ਨਿਗਮ ਦੇ ਮੇਅਰ ਵੱਲੋਂ ਹਾਊਸ ਦੀ ਮੀਟਿੰਗ ਵਿੱਚ ਮਤਾ ਪਾ ਦਿੱਤਾ ਹੈ ਕਿ ਇਹ ਭਰਤੀ ਸਰਾਸਰ ਗਲਤ ਹੋਈ ਹੈ। ਇਸ ਨੂੰ ਲੈ ਕੇ DC ਰੇਟ ਤੇ ਪੱਕੇ ਹੋਏ ਸਫਾਈ ਕਰਮਚਾਰੀਆਂ ਵੱਲੋਂ ਇੱਕ ਮੰਗ ਪੱਤਰ SDM ਬਟਾਲਾ ਨੂੰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਹੈ ਕਿ ਜੋ ਮਤਾ ਹਾਊਸ ਦੀ ਮੀਟਿੰਗ ਵਿੱਚ ਪੈ ਗਿਆ ਉਸਨੂੰ ਰੱਦ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਹੋਈ ਭਰਤੀ ਦੇ ਕੋਈ ਵੀ ਸਵਾਲੀਆ ਨਿਸ਼ਾਨ ਲੱਗਦਾ ਹੈ ਜਾਂ ਭਰਤੀ ਰੁਕਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਜਿੰਨੇ ਵੀ ਸਫਾਈ ਕਰਮਚਾਰੀ ਹਨ ਉਹ ਸ਼ਹਿਰ ਦੀ ਸਫਾਈ ਬੰਦ ਕਰਕੇ ਪੂਰਨ ਰੂਪ ਤੇ ਧਰਨਾ ਦੇਣਗੇ। ਦੂਸਰੇ ਪਾਸੇ SDM ਬਟਾਲਾ ਨੇ ਕਿਹਾ ਕਿ ਭਰਤੀ ਬਿਲਕੁਲ ਸਹੀ ਢੰਗ ਨਾਲ ਹੋਈ ਹੈ। ਉਹਨਾਂ ਕਿਹਾ ਕਿ ਜੋ ਹਾਊਸ ਵਿੱਚ ਮਤਾ ਪਾਇਆ ਗਿਆ ਹੈ ਉਸ ਤੇ ਇਨਕੁਆਇਰੀ ਕੀਤੀ ਜਾਵੇਗੀ। ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ। ਦੇਖੋ, ਇਹ ਜਿਹੜੀ ਸਫਾਈ ਸੇਵਕਾਂ ਦੀ ਭਰਤੀ ਕੀਤੀ ਗਈ ਹੈ, ਇਹਦੀ ਭਰਤੀ ਵਾਸਤੇ ਅਸੀਂ ਪਹਿਲਾਂ ਸਰਕਾਰ ਨੂੰ 2-3 ਮਤੇ ਪਾਏ ਸੀ, ਉਹਦੇ ਮਤਿਆਂ ਦੇ ਹੀ ਗੇਸਟ ਜਿਹੜੀ ਹੈ ਭਰਤੀ ਕੀਤੀ ਗਈ ਹੈ। ਪਰ ਜਦੋਂ ਭਰਤੀ ਕੀਤੀ ਗਈ ਉਦੋਂ ਇੱਕ ਕਮੇਟੀ ਬਣਾਈ ਗਈ ਜਿਹਦੇ 'ਚ ਅਧਿਕਾਰੀ ਵੀ ਸੀਗੇ ਅਤੇ ਸਾਡੇ ਕੌਂਸਲਰ ਵੀ ਸੀਗੇ, ਅਤੇ ਪਰ ਜਿੰਨਾ ਚਿਰ ਭਰਤੀ ਦੀ ਇੰਟਰਵਿਊ ਚੱਲਦੀ ਰਹੀ ਉਨਾ ਚਿਰ ਸਾਡੇ ਕੌਂਸਲਰ ਜਿਹੜੇ ਆ ਉਸ ਕਮੇਟੀ ਦਾ ਹਿੱਸਾ ਸੀ। ਪਰ ਜਦੋਂ ਉਹ ਕਮੇਟੀ ਨੇ ਬਾਅਦ 'ਚ ਇਹਨਾਂ ਨੂੰ ਪੁੱਛਿਆ ਹੀ ਨਹੀਂ ਗਾ ਅਤੇ ਜਿਹੜੀ ਲਿਸਟ ਬਣਾਈ ਆ ਬਿਲਕੁਲ ਇਹਨਾਂ ਨੂੰ ਵਿਖਾਇਆ ਨਹੀਂ ਗਿਆ। ਅਤੇ ਮੇਰੇ ਕੋਲੋਂ ਵੀ ਜਦੋਂ ਸਾਈਨ ਕਰਾਉਣ ਆਏ ਆ ਅਤੇ 2-3 ਵਾਰੀ ਮੈਨੂੰ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਫਾਈਲਾਂ ਨੂੰ ਵੇਖੋ ਨਾ ਅਤੇ ਸਾਈਨ ਕਰ ਦਿਓ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ 2-3 ਟਾਈਮ ਦਿਓ, ਅਸੀਂ ਉਹ ਫਾਈਲਾਂ ਵੇਖ ਲੈਂਦੇ ਹਾਂ। 500-600 ਫਾਈਲ ਆ, ਉਹਨੂੰ ਚੈੱਕ ਕਰਨਾ, ਵੇਖਣਾ ਕਿ ਕਿੱਦਾਂ ਭਰਤੀ ਹੋਈ ਆ। ਇਹਨਾਂ ਮੈਨੂੰ ਦਬਾਅ ਪਾਇਆ ਕਿ ਨਹੀਂ ਵੇਖਣ ਤੋਂ ਬਗੈਰ ਸਾਈਨ ਕਰੋ, ਮੈਂ ਮਨ੍ਹਾ ਕਰ ਦਿੱਤਾ। ਇਹਨਾਂ ਅਗਲੇ ਦਿਨ ਸਫਾਈ ਸੇਵਕਾਂ ਕੋਲੋਂ ਇੱਥੇ ਹੜਤਾਲ ਕਰਾ ਗਏ ਅਤੇ ਬਿਲਕੁਲ ਕਾਰਪੋਰੇਸ਼ਨ ਬੰਦ ਕਰ ਦਿੱਤੀ ਅਤੇ ਸਾਰੇ ਹੀ ਮੇਰੇ ਦਫ਼ਤਰ ਦੇ ਵਿੱਚ ਅੰਦਰ ਆ ਗਏ ਅਤੇ ਇੱਥੇ ਦਬਾਅ ਨਾਲ ਮੇਰੇ ਕੋਲੋਂ ਸਾਈਨ ਕਰਾਏ ਗਏ। ਅਤੇ ਉਹਦੇ ਤੋਂ ਇਹ ਬਿਲਕੁਲ ਹੀ ਯਾਰ ਹੋ ਜਾਂਦਾ ਕਿ ਜਿਹੜੀ ਭਰਤੀ ਆ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਨਹੀਂ ਹੋਈ। ਪਰ ਫਿਰ ਵੀ ਹਾਊਸ ਦੀ ਮੀਟਿੰਗ ਆਈ, ਹਾਊਸ ਦੀ ਮੀਟਿੰਗ ਦੇ ਵਿੱਚ ਤਕਰੀਬਨ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਨੇ ਆਪਣਾ ਉੱਥੇ ਬੋਲੇ ਕਿ ਜਿਹੜੀ ਭਰਤੀ ਆ ਸਫਾਈ ਸੇਵਕਾਂ ਦੀ ਇਹ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਨਹੀਂ ਹੋਈ, ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਫਿਰ ਉਹ ਸਮੁੱਚੇ ਹਾਊਸ ਨੇ ਮਤਾ ਪਾਇਆ ਕਿ ਬਿਲਕੁਲ ਇਹ ਜਿਹੜੀ ਭਰਤੀ ਆ ਉਹ ਪਾਰਦਰਸ਼ੀ ਤਰੀਕੇ ਨਾਲ ਨਹੀਂ, ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਅਤੇ ਜਿਹੜਾ ਅਧਿਕਾਰੀ ਇਹਦੇ 'ਚ ਦੋਸ਼ੀ ਪਾਇਆ ਜਾਂਦਾ ਜਾਂ ਗਲਤ ਭਰਤੀ ਹੋਈ ਹੈ ਅਤੇ ਉਹਨੂੰ ਸਜ਼ਾ ਢੁਕਵੀਂ ਮਿਲਣੀ ਚਾਹੀਦੀ ਹੈ। ਇਹ ਹਾਊਸ ਦੀ ਸਹਿਮਤੀ ਨਾਲ ਮਤਾ ਪਿਆ, ਨਾ ਕਿ ਮੈਂ ਇਕੱਲੇ ਨੇ ਪਾਇਆ, ਇਹ ਹਾਊਸ ਦੇ ਸਾਰੇ ਪਾਰਟੀਆਂ ਦੇ ਮੈਂਬਰਾਂ ਨੇ ਬੋਲਿਆ। ਅਤੇ ਬਾਕੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੀ ਸ਼ਿਕਾਇਤ MLA ਸਾਹਿਬ ਨੇ ਲਿਖਤੀ ਕੀਤੀ ਹੈ 7ਵੇਂ ਮਹੀਨੇ 'ਚ, ਸਰਕਾਰ ਨੂੰ ਕੀਤੀ ਆ, ਉਹਦੇ 'ਚ ਉਹਨਾਂ ਮਨਿਸਟਰ ਸਾਹਿਬ ਨੂੰ ਵੀ ਭੇਜੀ ਆ, ਸੈਕਟਰੀ ਸਾਹਿਬ ਨੂੰ ਭੇਜੀ ਆ, ਫਿਰ DC ਸਾਹਿਬ ਨੂੰ ਵੀ ਕਹੀ ਆ। ਅਤੇ ਉਹਨਾਂ ਨੇ ਤਾਂ ਪੁਰਾਣੀ ਸ਼ਿਕਾਇਤ ਕੀਤੀ ਹੈ ਕਿ ਭਰਤੀ ਜਿਹੜੀ ਹੈ ਪਾਰਦਰਸ਼ੀ ਤਰੀਕੇ ਨਾਲ ਹੀ ਹੋਈ, ਅਤੇ ਕੌਂਸਲਰਾਂ ਨੇ ਵੀ ਬਿਲਕੁਲ ਉਹੀ ਮਤਾ ਪਾਇਆ ਕਿ ਜਦੋਂ ਵੀ ਉਹਨਾਂ ਨੇ ਵੇਖਿਆ ਕਿ ਇੱਥੇ ਜਿਹੜੀ ਭਰਤੀ ਆ ਬਿਲਕੁਲ, ਅਤੇ ਜਿਹੜੇ ਸਾਡੇ ਅਧਿਕਾਰੀ ਆ ਉਹਨਾਂ ਨੇ ਆਪਣੀ ਮਨ ਮਰਜ਼ੀਆਂ ਕੀਤੀਆਂ ਨੇ, ਬਹੁਤ ਸਾਰੇ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਉਹਦੇ 'ਚ ਭਰਤੀ ਕੀਤਾ ਜਦੋਂ ਕਿ ਇਹ ਕਰ ਨਹੀਂ ਉਹਨਾਂ ਨੂੰ ਸਕਦੇ। ਇਸ ਤਰ੍ਹਾਂ ਹੋਰ ਵੀ ਬੜੀਆਂ ਬੇਨਿਜ਼ਮੀਆਂ ਨੇ ਭਰਤੀ ਦੇ ਵਿੱਚ ਜਿਹੜੀਆਂ ਹੋਈਆਂ ਨੇ, ਅਤੇ ਹਾਊਸ ਨੇ ਇਹੀ ਮਤਾ ਪਾਇਆ ਕਿ ਜੇ ਗਲਤ ਹੋਈ ਆ ਤਾਂ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਹਾਂਜੀ, ਕਿਸ ਤਰੀਕੇ ਦਾ ਦਬਾਅ ਪਾਇਆ, ਦਬਾਅ ਇਹਨਾਂ ਅਫਸਰਾਂ ਨੇ ਹੀ ਪਵਾਇਆ
ਜਿਹੜੇ ਮੈਨੂੰ ਕਹਿੰਦੇ ਸੀ ਕਿ ਇੱਥੇ ਵੇਖੋ ਉਹਨਾਂ ਦੇ ਸਾਈਨ ਕਰ ਦਿਓ, ਫਿਰ ਇਹਨਾਂ ਨੇ ਮੈਂ ਉੱਦਾਂ ਨਹੀਂ ਕੀਤੇ, ਫਿਰ ਇਹਨਾਂ ਨੇ ਉਹ ਸਫਾਈ ਸੇਵਕਾਂ ਨੂੰ ਕਿਹਾ ਕਿ ਤੁਹਾਡੀ ਭਰਤੀ ਅਸੀਂ ਕਰ ਦਿੱਤੀ ਹੈ, ਉਹ ਨਹੀਂ ਕਰਦੇ। ਅਤੇ ਇਹਨਾਂ ਦੇ ਆਮ ਪਾਰਟੀ ਦੇ ਲੋਕਾਂ ਨੇ ਵੀ ਉੱਦਾਂ ਸੋਸ਼ਲ ਮੀਡੀਆ 'ਤੇ ਰੌਲਾ ਪਾਇਆ ਕਿ ਮੇਅਰ ਸਾਈਨ ਨਹੀਂ ਕਰਦਾ, ਜਦੋਂ ਕਿ ਮੇਰੇ ਟੇਬਲ ਤੋਂ ਇੱਕ ਦਿਨ ਫਾਈਲਾਂ ਲਿਆ ਕੇ ਚੁੱਕ ਕੇ ਲੈ ਗਏ, ਕਹਿੰਦੇ ਜੇ ਤੁਸੀਂ ਵੇਖਣੀਆਂ ਫਿਰ ਸਾਈਨ ਨਾ ਕਰੋ, ਵੇਖਣ ਤੋਂ ਬਗੈਰ ਸਾਈਨ ਕਰੋ। ਮੈਂ ਉਹ ਕੀਤੇ ਨਹੀਂ ਵੇਖਣ ਤੋਂ ਬਗੈਰ। ਫਿਰ ਇਹਨਾਂ ਨੇ ਉਹ ਇੱਥੇ ਹੜਤਾਲ ਕਰਾਤੀ, ਟਰਾਲੀਆਂ ਦੋ ਗੇਟ 'ਚ ਲਾਤੀਆਂ, ਕਾਰਪੋਰੇਸ਼ਨ ਦਾ ਕੋਈ ਬੰਦਾ ਅੰਦਰ ਨਹੀਂ ਜਾਣ ਦਿੱਤਾ, ਮੁਲਾਜ਼ਮ ਅੰਦਰ ਨਹੀਂ ਜਾਣ ਦਿੱਤਾ। ਜਦੋਂ ਮੈਂ ਇੱਥੇ ਆਇਆ ਤਾਂ ਸਾਰਾ ਇਹ ਕਮਰਾ ਇੱਦਾਂ ਹੀ ਭਰਿਆ ਸੀ, ਅਤੇ ਇੱਥੇ ਜਿੰਦਾਬਾਦ ਮੁਰਦਾਬਾਦ ਕਰਕੇ ਰੌਲਾ ਪਾ ਕੇ ਪ੍ਰੈਸ਼ਰਾਈਜ਼, ਹੁਣੇ ਸਾਈਨ ਕਰੋ, ਹੁਣੇ ਸਾਈਨ ਕਰੋ। ਅਤੇ ਮੈਂ ਉਹ ਸਾਈਨ ਕੀਤੇ, ਪਰ ਮੈਂ ਸਾਰੇ ਆਪਣੇ ਹਾਊਸ ਨੂੰ ਦੱਸਿਆ, ਹਾਊਸ ਦੇ ਵਿੱਚ ਮੈਂ ਵੀ ਗਿਆ ਕਿ ਮੇਰੇ ਕੋਲ ਇਸ ਦਬਾਅ 'ਚ ਸਾਈਨ ਕਰਾਏ, ਮੈਨੂੰ ਵਿਖਾਇਆ ਨਹੀਂ ਗਿਆ, ਮੈਨੂੰ ਦੱਸਿਆ ਨਹੀਂ ਗਿਆ। ਵੇਖੋ ਭਰਤੀ ਤਾਂ ਕਾਰਪੋਰੇਸ਼ਨ ਦੀ ਹੈ, ਅਤੇ ਜੇ ਕਾਰਪੋਰੇਸ਼ਨ ਦੇ ਮੇਅਰ ਨੂੰ ਜਾਂ ਉਸ ਕਮੇਟੀ ਨੂੰ ਜਾਂ ਸਾਡੇ ਹਾਊਸ ਨੂੰ ਨਹੀਂ ਜਾਣਕਾਰੀ ਉਹਦੀ ਹੋਣੀ ਤਾਂ ਕਿਹਨੂੰ ਹੋਣੀ ਹੈ। ਵੇਖੋ ਜਿਹੜੇ ਆਪਣਾ ਹੈਗੇ ਆ ਦੂਜੇ ਸਫਾਈ ਹੈਲਥ ਡਿਪਾਰਟਮੈਂਟ ਦੇ, ਉਹ ਉਹ ਸੀਗੇ ਸੈਨਟਰੀ ਇੰਸਪੈਕਟਰ ਸੀ, ਚੀਫ ਸੈਨਟਰੀ ਇੰਸਪੈਕਟਰ, ਅਤੇ ਉਹਨਾਂ ਦਾ ਵੱਡੇ ਅਫਸਰਾਂ ਦਾ ਹੋਏਗਾ। ਮੇਰੇ ਕੋਲ ਫਾਈਲਾਂ ਲੈ ਕੇ ਸੈਂਟਰੀ ਇੰਸਪੈਕਟਰ ਆਇਆ, ਅਤੇ ਮੇਰੇ ਕੋਲ ਦੋ ਤਿੰਨ ਵਾਰੀ ਉਹਨੇ ਕਿਹਾ ਕਿ ਵੇਖਣ ਤੋਂ ਬਗੈਰ ਸਾਈਨ ਕਰੋ। ਫਿਰ ਇੱਕ ਦਿਨ ਲੈ ਕੇ ਵੀ ਆਇਆ ਅਤੇ ਮੈਂ ਸਾਈਨ, ਮੈਂ ਕਿਹਾ ਮੈਨੂੰ ਵੇਖ ਤਾਂ ਲੈਣ ਦੇ, ਆਉਂਦਾ ਫਿਰ ਉਹ ਚੁੱਕ ਕੇ ਫਾਈਲਾਂ ਲੈ ਗਿਆ। ਮੇਰੀ ਗੱਲ ਸੁਣੋ, ਮਜਬੂਰੀ 'ਚ ਹੋਈ ਹੈ ਤਾਂ ਹੀ ਮੈਂ ਸ਼ਿਕਾਇਤ ਕੀਤੀ ਹਾਊਸ ਨੂੰ। ਜੇ ਚੰਗੀ ਤਰ੍ਹਾਂ ਭਰਤੀ ਹੋਈ ਹੁੰਦੀ, ਜਿਹੜੀ ਅਸੀਂ ਕਮੇਟੀ ਬਣਾਈ ਹੈ, ਕਮੇਟੀ ਦੀ ਨੌਲੇਜ ਹੁੰਦਾ ਕਿ ਅਸੀਂ ਇਹ ਬੰਦੇ ਦੇ ਇੰਨੇ ਨੰਬਰ ਲਾਏ ਨੇ, ਇਹਦੇ ਇੰਨੇ ਨੰਬਰ ਲਾਏ, ਬਕਾਇਦਾ ਲਿਸਟਾਂ ਬਣੀਆਂ ਨੇ, ਉਹ ਲਿਸਟਾਂ ਦੇ ਹਿਸਾਬ ਨਾਲ ਤਾਂ ਭਰਤੀ ਨਹੀਂ ਹੋਈ। ਅਤੇ ਹਾਊਸ 'ਚ ਹੀ ਸਾਡੇ ਕੋਲ ਇੱਕ ਪਾਵਰ ਸਰਕਾਰ ਨੇ ਦਿੱਤੀ ਹੈ, ਐਕਟ ਦੇ ਵਿੱਚ ਸਾਡੇ ਕੋਲ ਪਾਵਰ ਆ, ਆਪਾਂ ਹਾਊਸ 'ਚ ਲਿਆ ਸਕਦੇ ਹਾਂ ਗੱਲ, ਅਤੇ ਉਹ ਸਾਰੇ ਮੈਂਬਰਾਂ ਨੇ ਵੀ ਲਿਆਂਦੀ ਹੈ। ਨਹੀਂ ਅਸੀਂ ਕਰਾਉਣਾ ਨਹੀਂ ਚਾਹੁੰਦੇ, ਜੇ ਗਲਤ ਭਰਤੀ ਹੋਈ ਆ ਉਹਦੀ ਇਨਕੁਆਇਰੀ ਕਰਾਉਣੀ ਚਾਹੁੰਦੇ ਹਾਂ। ਜਿਹੜੇ ਗਲਤ ਭਰਤੀ ਸਾਡੇ, ਵੇਖੋ ਸਾਡੇ ਕੋਲ 10-10 ਸਾਲ ਦੇ ਮੁੰਡੇ ਇੱਥੇ ਬਟਾਲੇ ਦੇ ਕੰਮ ਕਰਦੇ ਰਹੇ ਆਊਟਸੋਰਸ 'ਤੇ, 10-10 ਤੋਂ ਸਾਲਾਂ ਤੋਂ ਵੀ ਕਈਆਂ ਨੇ ਵੱਧ ਕੰਮ ਕੀਤਾ, ਉਹ ਇਸ ਆਸ ਨਾਲ ਹੀ ਕੰਮ ਕਰਦੇ ਰਹੇ ਹੈਗੇ ਕਿ ਇੱਕ ਨਾ ਇੱਕ ਦਿਨ ਅਸੀਂ ਕਾਰਪੋਰੇਸ਼ਨ 'ਚ ਭਰਤੀ ਹੋਵਾਂਗੇ। ਅਤੇ ਜੇ ਉਹਨਾਂ ਨੂੰ 80-87 ਬੰਦਿਆਂ ਨੂੰ ਕੱਢ ਦਿੱਤਾ ਗਿਆ, ਅਤੇ ਆਪਣੇ ਰਿਸ਼ਤੇਦਾਰ, ਆਪਣੇ ਸੱਕੇ ਸੰਬੰਧੀ, ਆਪਣਾ ਕੋਈ ਕਰਕੇ ਵਾਧਾ ਘਾਟਾ 'ਤੇ ਉਹਨਾਂ ਨੂੰ ਭਰਤੀ ਕੀਤਾ ਗਿਆ, ਅਤੇ ਉਹ ਸ਼ਹਿਰ ਦੇ ਲੋਕਾਂ ਨੂੰ ਕਿਉਂ ਨਹੀਂ ਭਰਤੀ ਕੀਤਾ ਗਿਆ? ਭਰਤੀ 200 ਕੁਛ ਬੰਦੇ ਭਰਤੀ ਹੋਏ, 300 ਕੁਛ ਬੰਦੇ। ਉਹ ਇਨਕੁਆਇਰੀ 'ਚ ਹੀ ਪਤਾ ਲੱਗੂਗਾ ਕਿੰਨੇ ਕਿੰਨੇ ਕੀਤੇ ਨੇ, ਬਹੁਤ ਜ਼ਿਆਦਾ ਕੀਤੇ ਨੇ। ਹੁਣ ਉਹ ਇਨਕੁਆਇਰੀ ਤਾਂ ਹੀ ਗਿਆ ਨਾ, ਇਨਕੁਆਇਰੀ ਕਰੋ, ਇਨਕੁਆਇਰੀ ਨਹੀਂ ਅਸੀਂ ਹਾਊਸ 'ਚ ਮਤਾ ਪਾ ਕੇ ਭੇਜ ਦਿੱਤਾ ਸਰਕਾਰ ਨੂੰ, ਅਤੇ ਉਹ MLA ਸਾਹਿਬ ਨੇ ਵੀ ਆਪਣਾ ਸ਼ਿਕਾਇਤ ਕੀਤੀ ਹੈ ਕਿ ਨਹੀਂ ਭਰਤੀ ਠੀਕ ਹੋਈ। ਆਹ ਮੇਰੇ ਕੋਲ ਉਹਨਾਂ ਦੀ ਹੈਗੀ ਆ ਲੈਟਰ, ਆਹ ਜਿਹੜੀ ਉਹਨੇ ਸ਼ਿਕਾਇਤ ਕੀਤੀ, ਆਹ ਲੈ ਲਓ, ਆਹ MLA ਸਾਹਿਬ ਨੇ ਸ਼ਿਕਾਇਤ ਕੀਤੀ ਹੈ, ਆਹ ਤੁਸੀਂ ਲੈ ਲਿਓ ਕਾਪੀਆਂ, ਤੁਹਾਨੂੰ ਭੇਜ ਦਿੰਦੇ ਹਾਂ, ਜਾਂ ਕਾਪੀਆਂ ਸਾਡੇ ਕੋਲ ਲੈ ਲਿਓ। ਉਹਨੇ ਵੀ ਕਿਹਾ ਨਹੀਂ ਭਰਤੀ ਠੀਕ ਹੋਈ, ਅਸੀਂ ਵੀ ਕਹਿੰਦੇ ਹਾਂ, ਸਾਡੇ ਮੈਂਬਰ ਵੀ ਕਹਿੰਦੇ ਨਹੀਂ ਭਰਤੀ ਠੀਕ ਹੋਈ। ਇਹ 3-4 ਮਹੀਨੇ ਹੋ ਗਿਆ ਜੀ। ਸਾਰਾ ਕੁਛ ਇਹ ਵੇਖੋ, ਇਹ ਇਸੇ ਗੱਲ ਦੀ ਅਸੀਂ ਇਨਕੁਆਇਰੀ ਮੰਗੀ ਹੈ ਸਰਕਾਰ ਕੋਲੋਂ, ਕਿ ਜੋ ਕੁਛ ਵੀ ਆ ਉਹ ਸਾਰਾ ਇਨਕੁਆਇਰੀ 'ਚ ਸਾਹਮਣੇ ਆਊਗਾ, ਅਤੇ ਜੋ ਸਾਡੇ ਕੋਲੋਂ ਇਨਕੁਆਇਰੀ 'ਚ ਪੁੱਛਿਆ ਜਾਊਗਾ ਉਦੋਂ ਮੌਕੇ 'ਤੇ ਅਸੀਂ ਉਹਨਾਂ ਨੂੰ ਉਹਦੇ ਵੀ ਸਾਰਾ ਕੁਛ ਮੁਹੱਈਆ ਕਰਾਵਾਂਗੇ। ਵੇਖੋ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਸਾਡੇ ਕੋਲ 450 ਵੈਕੈਂਸੀ ਹੈ ਸਫਾਈ ਸੇਵਕਾਂ ਦੀ, 450, ਉਹਦੇ ਵਿੱਚੋਂ ਜਿੰਨੀਆਂ ਵੀ ਵੈਕੈਂਸੀਆਂ ਖਾਲੀ ਰਹਿ ਗਈਆਂ ਨੇ, 50-60 ਵੈਕੈਂਸੀਆਂ ਖਾਲੀ ਰਹਿ ਗਈਆਂ ਨੇ,
ਅਸੀਂ ਉਹਨਾਂ ਦਾ ਵੀ ਮਤਾ ਪਾ ਕੇ ਭੇਜ ਦਿੱਤਾ ਕਿ ਇਹ ਵੀ ਜਿਹੜੀਆਂ ਨੇ ਪੂਰ ਕਰ ਲਈਆਂ ਜਾਣ, ਜਿਸ ਤਰ੍ਹਾਂ ਉਹ ਸਫਾਈ ਸੇਵਕ ਭਰਤੀ ਹੋਏ ਨੇ ਕੰਟੈਕਟ ਬੇਸ 'ਤੇ, ਉਸੇ ਤਰ੍ਹਾਂ ਹੀ ਇਹਨਾਂ ਨੂੰ ਕੰਟੈਕਟ ਬੇਸ 'ਤੇ ਭਰਤੀ ਕੀਤਾ ਜਾਵੇ, ਜਿਹੜੇ ਕਰਮਚਾਰੀ ਰਹਿ ਗਏ ਨੇ ਉਹਦਾ ਮਤਾ ਵੀ ਅਸੀਂ ਪਾਇਆ। ਕਿ ਸਫਾਈ ਸੇਵਕ ਮੈਨੂੰ ਮਿਲਣ ਆਏ ਹੈਗੇ, ਇਹਨਾਂ ਦਾ ਕੋਈ ਇਸ਼ੂ ਹੈਗਾ ਕਿ ਹਾਊਸ 'ਚ ਮਤਾ ਪਿਆ ਕਿ ਭਰਤੀ ਪ੍ਰਕਿਰਿਆ 'ਚ ਕੁਛ ਜਿਹੜੇ ਕਾਊਂਸਲਰਸ ਹੈਗੇ ਉਹ ਸੈਟਿਸਫਾਈਡ ਨਹੀਂ ਹੈਗੇ, ਪਰ ਮੈਂ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈਗਾ ਕਿ ਜਿਹੜੀ ਭਰਤੀ ਪ੍ਰਕਿਰਿਆ ਹੋਈ ਹੈ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਹੋਈ ਹੈ। ਇਹਦੇ 'ਚ ਅਸੀਂ ਵੱਖ ਵੱਖ ਵਿਭਾਗਾਂ ਦੇ ਅਫਸਰ ਪਾਏ ਆ, ਘੱਟ ਤੋਂ ਘੱਟ 14 ਔਫਿਸਰਸ ਪਾਏ ਹੈਗੇ ਆ। DSSO ਵੱਲੋਂ ਪ੍ਰੋਪਰ ਰੋਸਟਰ ਤਿਆਰ ਕੀਤਾ ਗਿਆ ਹੈ, ਸੋ ਇੱਕ ਕੰਪਲੀਟ ਤਰੀਕੇ ਨਾਲ ਟਰਾਂਸਪੇਰੈਂਟ ਤਰੀਕੇ ਨਾਲ ਭਰਤੀ ਹੋਈ ਹੈ। ਇਸ ਤੋਂ ਇਲਾਵਾ ਸੋ ਐਜ਼ ਟੂ ਇਨਸ਼ੋਰ ਟਰਾਂਸਪੇਰੈਂਸੀ, ਅਸੀਂ ਇਹਦੇ ਵਿੱਚ ਮਾਨਯੋਗ MLA ਸਾਹਿਬ ਨੂੰ ਪਾਇਆ ਹੈਗਾ, ਜਿਨ੍ਹਾਂ ਨੇ ਲਿਸਟ ਨੂੰ ਚੈੱਕ ਕਰਕੇ ਵੈਰੀਫਾਈ ਕਰਕੇ ਹਰ ਇੱਕ ਪੰਨੇ 'ਤੇ ਸਾਈਨ ਕੀਤੇ ਹੈਗੇ, ਆਪ ਇੰਟਰਵਿਊ 'ਚ ਬੈਠੇ ਹੈਗੇ। ਸਿਮਿਲਰਲੀ ਮੇਅਰ ਕਾਰਪੋਰੇਸ਼ਨ ਵੀ ਆਪਣੀ ਉਹਨਾਂ ਨੇ ਹਰ ਇੱਕ ਪੰਨੇ 'ਤੇ ਸਾਈਨ ਕੀਤੇ ਆ, ਉਹਨੂੰ ਵੈਰੀਫਾਈ ਕੀਤਾ ਹੈ ਅਤੇ ਸਿਲੈਕਸ਼ਨ ਕਮੇਟੀ ਦੇ ਹਿੱਸੇਦਾਰ ਰਹੇ ਨੇ। ਸੋ ਬਹੁਤ ਟਰਾਂਸਪੇਰੈਂਟ ਤਰੀਕੇ ਨਾਲ ਹੋਈ ਹੈ, ਜੋ ਰਿਊਮਰਸ ਉੜੇ ਹੈਗੇ ਆ ਜੋ ਵੀ ਉਹਨਾਂ ਨੂੰ ਹੈਗਾ, ਇਹ 'ਚ ਇੱਦਾਂ ਦਾ ਕੁਛ ਨਹੀਂ ਹੈਗਾ। ਬਿਲਕੁਲ ਕੁਛ ਕਾਊਂਸਲਰਸ ਨੇ ਪਾਇਆ ਹੈਗਾ, ਸੋ ਦੇਰ ਇਜ਼ ਨਥਿੰਗ ਇਨ ਇਟ, ਆਈ ਐਮ ਵੈਰੀ ਸ਼ੋਰ ਵੈਰੀ ਕੌਨਫੀਡੈਂਟ ਅਸੀਂ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਇਹ ਭਰਤੀ ਹੋਈ ਹੈ ਜੀ। ਈਵਨ ਸਫਾਈ ਸੇਵਕ ਆਪ ਸੈਟਿਸਫਾਈਡ ਹੈਗੇ ਇਹਦੇ ਨਾਲ। ਥੈਂਕ ਯੂ। ਅੱਜ ਨਗਰ ਨਿਗਮ ਦੇ ਵਿੱਚ ਸਾਰੇ ਸਫਾਈ ਕਰਮਚਾਰੀ ਇਕੱਠੇ ਹੋਏ, ਨਗਰ ਨਿਗਮ ਪ੍ਰਸ਼ਾਸਨ ਦੇ ਜਿਹੜੇ ਹਵਾਲਾ ਤੋਂ ਸਾਨੂੰ ਪਤਾ ਲੱਗਾ ਭਰੋਸੇਮੰਦ ਸੂਤਰਾਂ ਤੋਂ ਕਿ ਨਗਰ ਨਿਗਮ ਦੇ ਹਾਊਸ ਵੱਲੋਂ ਮੇਅਰ ਸਾਹਿਬ ਵੱਲੋਂ ਇੱਕ ਸਾਡੇ ਜਿਹੜੀ ਭਰਤੀ ਹੋਈ ਸੀ ਕੱਚੇ ਕਰਮਚਾਰੀਆਂ ਦੀ, ਉਹਦੇ ਖਿਲਾਫ਼ ਕੋਈ ਇਹਨਾਂ ਨੇ ਇੱਕ ਟੇਬਲ ਆਈਟਮ ਦੇ ਵਿੱਚ ਇੱਕ ਮਤਾ ਪਾਇਆ ਗਿਆ ਵਾ ਕਿ ਇਹ ਭਰਤੀ ਪਾਰਦਰਸ਼ੀ ਢੰਗ ਨਾਲ ਨਹੀਂ ਕੀਤੀ ਗਈ, ਇਸ ਭਰਤੀ ਨੂੰ ਰੱਦ ਕੀਤਾ ਜਾਏ। ਜਦਕਿ ਇਸ ਭਰਤੀ ਨੂੰ ਹੋਏ ਨੂੰ ਵੀ ਲਗਭਗ 3 ਮਹੀਨੇ ਹੋ ਗਏ ਆ ਔਰ ਕਰਮਚਾਰੀ ਦਿਨ ਰਾਤ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਹੇ ਆ। ਪਿਛਲੇ ਦਿਨੀ ਤੁਸੀਂ ਦੇਖਿਆ ਵਾ ਬਾਬਾ ਜੀ ਦਾ ਵਿਆਹ ਪਰਵਾਇਆ ਵਾ ਅਤੇ ਸਾਡੇ ਕਰਮਚਾਰੀਆਂ ਨੇ ਦਿਨ ਨਹੀਂ ਦੇਖਿਆ, ਰਾਤ ਨਹੀਂ ਦੇਖਿਆ। ਲੇਡੀਜ਼ ਮੈਨ ਵਾਲਾ ਜਿਹੜੇ ਕਰਮਚਾਰੀ ਸੀ, ਜੈਂਟਸ ਕਰਮਚਾਰੀ ਸੀ, ਉਹਨਾਂ ਨੇ ਹਮੇਸ਼ਾ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ, ਪਰ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ ਅੱਜ ਹਾਊਸ ਵਾ ਇਹ ਕਰਮਚਾਰੀਆਂ ਦੇ ਖਿਲਾਫ਼ ਇੱਕ ਚਿੱਠੀ ਭੇਜ ਰਿਹਾ ਵਾ ਸਰਕਾਰ ਨੂੰ, ਉੱਪਰ ਡਾਇਰੈਕਟਰ ਸਾਹਿਬ ਨੂੰ, ਕਿ ਇਹ ਜਿਹੜੀ ਭਰਤੀ ਆ ਪਾਰਦਰਸ਼ੀ ਢੰਗ ਨਾਲ ਨਹੀਂ ਕੀਤੀ ਗਈ, ਇਹਨੂੰ ਰੱਦ ਕੀਤਾ ਜਾਏ। ਸੋ ਅਸੀਂ ਇਸ ਜਿਹੜਾ ਉਹਨਾਂ ਨੇ ਕੋਈ ਮੰਗ ਪੱਤਰ ਜਾਂ ਕੋਈ ਉੱਥੋਂ ਮਤਾ ਪਾਇਆ ਵਾ, ਅਸੀਂ ਉਸ ਦੀ ਸਖਤ ਨਿਖੇਧੀ ਕਰਦੇ ਹਾਂ। ਜੇਕਰ ਇਸ ਮਤੇ ਨੂੰ ਇੱਥੋਂ ਪ੍ਰਵਾਨ ਕੀਤਾ ਗਿਆ ਜਾਂ ਕਰਮਚਾਰੀਆਂ ਦੇ ਖਿਲਾਫ਼ ਕੋਈ ਹੋਰ ਕਾਰਵਾਈ ਕੀਤੀ ਗਈ, ਤਾਂ ਅਸੀਂ ਸਮੂਹ ਕਰਮਚਾਰੀ ਬਟਾਲੇ ਦੇ, ਭਾਵੇਂ ਕੱਚੇ ਕਰਮਚਾਰੀ ਹੋਣ ਭਾਵੇਂ ਪੱਕੇ ਕਰਮਚਾਰੀ ਹੋਣ, ਸਮੂਹ ਕਰਮਚਾਰੀ ਸਫਾਈ ਕਰਮਚਾਰੀ ਅਣਮਿੱਥੇ ਸਮੇਂ ਦੀ ਆਪਾਂ ਬਟਾਲੇ ਦੇ ਵਿੱਚ ਹੜਤਾਲ ਕਰਾਂਗੇ। ਮਤਾ ਸਾਨੂੰ ਪਤਾ ਲੱਗਾ ਕਿ ਮੇਅਰ ਸਾਹਿਬ ਨੇ ਜਿਹੜਾ ਇੱਕ ਹਾਊਸ ਦੇ ਵਿੱਚ ਟੇਬਲ ਆਈਟਮ ਦੇ ਥਰੂ ਪਾਇਆ ਗਿਆ ਵਾ ਕਿ ਜਿਹੜੀ ਭਰਤੀ ਹੋਈ ਆ ਪਾਰਦਰਸ਼ੀ ਢੰਗ ਨਾਲ ਨਹੀਂ ਹੋਈ। ਹਾਲਾਂਕਿ ਭਰਤੀ ਦੇ ਵਿੱਚ ਕਰਮਚਾਰੀਆਂ ਨੂੰ ਤਾਂ ਇੰਨਾ ਕੋਈ ਇਖਤਿਆਰ ਨਹੀਂ ਹੁੰਦਾ, ਜੋ ਵੀ ਭਰਤੀ ਹੋਈ ਆ ਲਗਭਗ 14-15 ਗੁਰਦਾਸਪੁਰ ਤੋਂ ਲੈ ਕੇ ਬਟਾਲੇ ਤੋਂ ਲੈ ਕੇ ਬਟਾਲਾ ਹਾਊਸ ਦੇ ਕਈ ਵਿੱਚ ਅਧਿਕਾਰੀ ਸੀ, ਕਈ ਪਾਰਟੀਆਂ ਦੇ ਹੋਰ ਅਧਿਕਾਰੀ ਸੀ, ਲਗਭਗ 14-15 ਅਫਸਰਾਂ ਦੀ ਨਿਗਰਾਨੀ ਦੇ ਵਿੱਚ ਭਰਤੀ ਹੋਈ ਆ। ਉਸ ਭਰਤੀ ਦੇ ਬਾਵਜੂਦ ਵੀ ਜੇ ਕੋਈ ਇਹਤੇ ਕਿੰਤੂ ਪਰੰਤੂ ਕਰੇ ਤਾਂ ਬੜੀ ਸ਼ਰਮਨਾਕ ਗੱਲ ਆ। ਅਸੀਂ ਆਪਣੇ ਜਿਹੜੇ ਕਮਿਸ਼ਨਰ ਸਾਹਿਬ ਮੈਡਮ ਜੀ ਨੂੰ ਮਿਲ ਕੇ ਆਏ ਹਾਂ ਔਰ ਮੈਡਮ ਜੀ ਦੇ ਨਾਲ ਇਹ ਗੱਲਾਂ ਕੀਤੀਆਂ ਕਿ ਜੇਕਰ ਭਵਿੱਖ ਦੇ ਵਿੱਚ ਸਾਡੇ ਕਰਮਚਾਰੀਆਂ ਦੇ ਖਿਲਾਫ਼ ਕੋਈ ਕਾਰਵਾਈ ਹੁੰਦੀ ਆ ਜਾਂ ਕੋਈ ਸਾਡਾ ਨੁਕਸਾਨ ਕਰਨ ਦੀ ਸੋਚਦਾ ਵਾ, ਚਾਹੇ ਉਹ ਕੋਈ ਪੋਲੀਟੀਕਲ ਬੰਦਾ ਹੋਵੇ ਜਾਂ ਕਿਸੇ ਵੀ ਤਰੀਕਾਂ ਦੀ ਕਾਰਪੋਰੇਸ਼ਨ ਵੱਲੋਂ ਕੋਈ ਸਾਡੇ 'ਤੇ ਕੋਈ ਕਾਰਵਾਈ ਹੁੰਦੀ ਆ ਜਾਂ ਸਾਡੇ ਕੰਮ ਨੂੰ ਕੋਈ ਨਜ਼ਰਅੰਦਾਜ਼ ਕੀਤਾ ਜਾਂਦਾ ਵਾ, ਤਾਂ ਅਸੀਂ ਉਸਦਾ ਸਖਤ ਵਿਰੋਧ ਕਰਾਂਗੇ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.